ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਨਾਰੀਅਲ ਵਾਲਾ ਗੋਲ ਕੇਕ ਕਹेलो ਸਵਿਸ ਰੋਲ ਕਹेलो ਨਾਰੀਅਲ ਤੇ ਚਾਕਲੇਟ ਵਾਲਾ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਏ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆਜੋ ਫਿਰ ਆਪਾਂ ਬਣਾਉਣਾ ਸ਼ੁਰੂ ਕਰੀਏ ਨਟ ਦਾ ਜਿਹੜਾ ਆਪਾਂ ਸਵਿਸ ਰੋਲ ਬਣਾਉਣ ਲੱਗੇ ਆਂ ਕੇਕ ਚਾਹੇ ਤੇ ਤੁਸੀਂ ਡਾਈਜੈਸਟਡ ਵਾਲਾ ਜਿਹੜਾ ਕੋਕੋਨਟ ਹੁੰਦਾ ਆ ਇਹ ਥੋੜਾ ਜਿਹਾ ਮੋਟਾ ਹੁੰਦਾ ਆ ਇਹ ਯੂਜ਼ ਕਰ ਸਕਦੇ ਆਂ ਨਹੀਂ ਤਾਂ ਕੋਕੋਨਟ ਫਲੋਰ ਆਉਂਦਾ ਆ ਇਹ ਜਿਹੜਾ ਇਹ ਬਹੁਤ ਸੋਹਣਾ ਬਰੀਕ ਪੀਠਿਆ ਹੋਇਆ ਆ ਮੈਂ ਇਹ ਯੂਜ਼ ਕਰੂੰਗੀ ਹਨਾ ਇਹਦੇ ਨਾਲ ਆਪਾਂ ਬਾਅਦ ਡੈਕੋਰੇਟ ਕਰਾਂਗੇ ਇਹਨੂੰ ਆਪਾਂ ਯੂਜ਼ ਕਰਾਂਗੇ 2 ਕੱਪ ਆਪਾਂ ਲਏ ਆ ਕੋਕੋਨਟ ਦੇ ਕੋਕੋਨਟ ਫਲੋਰ ਕਹਿ ਲਓ ਹਨਾ ਅੱਪਾ ਚਾਕਲੇਟ ਲਈਆ ਚਾਹੇ ਤੁਸੀਂ ਡਾਰਕ ਵਾਲੀ ਇੱਦਾਂ ਜਿਹੜੀ ਬ੍ਰਿਕ-ਬ੍ਰਿਕ ਹੁੰਦੇ ਆ ਚਿਪਸ ਵਾਲੇ ਉਹ ਲੈ ਸਕਦੇ ਆ ਚਾਹੇ ਤੁਸੀਂ ਇੱਦਾਂ ਜਿਹੜੀ ਸਟਿਕ ਆਪਣੀ ਵੱਡੀ ਆਉਂਦੀ ਹੈ ਨਾ ਇਹਨੂੰ ਲੈ ਸਕਦੇ ਆ ਇਹਨੂੰ ਮੈਂ ਬੌਲ ਦੇ ਵਿੱਚ ਛੋਟੇ ਛੋਟੇ ਕੱਟ ਕੇ ਤੇ ਮਾਈਕ੍ਰੋਵੇਵ ਦੇ ਵਿੱਚ 1 ਮਿੰਟ ਲਈ ਲਾ ਦੇਣਾ ਆ ਤੇ ਚਾਕਲੇਟ ਆਪਣੀ ਮੈਲਟ ਹੋ ਜਾਣੀ ਆ 1 ਕੱਪ ਆਪਾਂ ਇਹਦੇ ਵਿੱਚ ਕੰਡੈਂਸਡ ਮਿਲਕ ਲਵਾਂਗੇ ਮੈਂ ਟੀਨ ਜੜਾ ਆ ਓਪਨ ਕਰ ਲਿਆ ਇਹ ਕੋਕਨਟ ਦੇ ਵਿੱਚ 1 ਟੀस्पून ਆਪਾਂ ਗ੍ਰੀਨ ਕਾਰਡਮਮ ਗ੍ਰੀਨ ਇਲਾਚੀ ਦਾ ਪਾਊਡਰ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਹੈ ਐਨ ਲੈਚੀ ਨੂੰ ਪਹਿਲਾਂ ਦੋ ਲੇੜਾਂ ਬਣਾਵਾਂਗੇ ਆਪਾਂ ਜਿਹੜੀ ਅੰਦਰ ਲਾਉਣੀ ਹੈ ਉਹ ਚਾਕਲੇਟ ਵਾਲੀ ਲਾਵਾਂਗੇ ਬਾਹਰ ਜਿਹੜੀ ਇਹ ਲਾਉਣੀ ਆਪਾਂ ਕੰਡੈਂਸਰ ਮਿਲਕ ਵਾਲੀ ਲਾਵਾਂਗੇ ਹੁਣ ਆਪਾਂ ਇਹਦੇ ਚ ਕੰਡੈਂਸਰ ਮਿਲਕ ਜਿਹੜਾ ਆ ਉਹ ਆਪਾਂ ਵਿੱਚ ਐਡ ਕਰ ਦੇਣਾ ਬਹੁਤ ਸੋਹਣਾ ਬਣਦਾ ਹੈ ਤੁਸੀਂ ਵੀ ਦੇਖਿਓ ਬਣਾ ਕੇ ਤੇ ਫਿਰ ਮੈਨੂੰ ਦੱਸਿਓ ਤੁਹਾਡਾ ਸਵਿਸ ਰੋਲ ਕਿਦਾਂ ਦਾ ਬਣਿਆ ਸਵਿਸ ਰੋਲ ਕੇਕ ਹਨ ਬਹੁਤ ਸੋਹਣਾ ਬਣਦਾ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਚ ਮਿਕਸ ਕਰ ਦੇਣਾ ਹੈ ਐਨ ਮਿਕਸ ਕਰ ਲਿਆ ਚੰਗੀ ਤਰ੍ਹਾਂ ਹੁਣ ਇਹਨਾਂ ਆਪਾਂ ਟ੍ਰੇ ਚ ਕੱਢਾਂਗੇ ਕਿਸੇ ਦੇ ਵਿੱਚ ਉਦੇ ਚ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਸਲ ਲਵਾਂਗੇ ਹੱਥ ਦੇ ਨਾਲ ਮਸਲਣਾ ਪੈਣਾ ਇਹਨੂੰ ਹੁਣ ਇਦਾਂ ਇੱਕ ਟ੍ਰੇ ਲਈ ਆ ਥੋੜਾ ਜਿਹਾ ਆਪਾਂ ਇਹਦੇ ਤੇ ਘਿਓ ਲਾ ਲਵਾਂਗੇ ਫਿਰ ਘਿਓ ਦੇ ਨਾਲ ਆਪਣੇ ਹੱਥਾਂ ਨੂੰ ਚੁੰਬੜੂਗਾ ਨਹੀਂ ਇਹ ਇਹਦੇ ਚ ਆਪਾਂ ਕੱਢ ਲੈਣਾ ਸਾਰਾ ਇਹਦੇ ਚ ਆਪਾਂ ਨੂੰ ਸ਼ਿਫਟ ਕਰ ਦੇਣਾ ਆ ਫਿਰ ਇਹਨੂੰ ਨਾਈਸ ਸੈੱਟ ਕਰ ਲਵਾਂਗੇ ਆਪਾਂ ਇਹਨੂੰ ਟ੍ਰੇ ਚ ਕੱਢ ਲਿਆ ਇਹਨੂੰ ਥੋੜਾ ਜਿਹਾ ਹੁਣ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ ਇਹਨ ਜਿਹੜੀ ਉੱਤੇ ਫਿਨਚਿੰਗ ਇਹਦੀ ਬਹੁਤ ਸੋਹਣੀ ਆਊਗੀ ਲੁੱਕ ਹੱਥ ਨਾਲ ਇਹਨੂੰ ਕਰਨਾ ਹੀ ਪੈਣਾ ਹੈ ਨਾ ਹੁਣ ਇਹਨੂੰ ਚਾਹੇ ਤੁਸੀਂ ਬਟਰ ਜਿਹੜੀ ਬਟਰ ਵਾਲੀ ਸੀਟ ਹੁੰਦੀ ਹੈ ਆਪਣੀ ਬਟਰ ਪੇਪਰ ਉਹਦੇ ਤੇ ਵੀ ਲਾ ਸਕਦੇ ਆ ਕਲਿੰਗ ਫਿਲਮ ਤੇ ਵੀ ਲਾ ਸਕਦੇ ਹਨ ਇਦਾਂ ਥੋੜਾ ਜਿਹਾ ਮਸਲ ਲੈਣਾ ਹੈ ਘਿਓ ਲਾ ਕੇ ਇਦਾਂ ਆਪਾਂ ਬਟਰ ਪੇਪਰ ਲਿਆਇਆ ਜਿਹੜਾ ਆਪਾਂ ਕੇਕ ਜਦ ਬਣਾਈਦਾ ਟੀਨ ਦੇ ਵਿੱਚ ਲਾਈਦਾ ਆ ਇਹਨੂੰ ਥੋੜਾ ਜਿਹਾ ਗ੍ਰੀਸ ਕਰ ਲਵਾਂਗੇ ਘਿਓ ਲਾ ਕੇ ਤੇਲ ਵੀ ਲਾ ਸਕਦੇ ਆ ਜੋ ਮਰਜ਼ੀ ਲਾ ਲਓ ਇਹਨੂੰ ਹੁਣ ਡੋ ਨੂੰ ਆਪਾਂ ਇਹਦੇ ਤੇ ਸੈੱਟ ਕਰ ਲਵਾਂਗੇ ਨਾਈਸ ਹੈਨ ਹੱਥ ਦੇ ਨਾਲ ਫਲਾ ਕੇ ਚੌਰਸ ਇਹਨੂੰ ਆਪਾਂ ਸਾਰਾ ਹੱਥ ਦੇ ਨਾਲ ਸੈੱਟ ਕਰ ਲਿਆ ਆ ਨਾਈਸ ਇਹ ਤੜਕੂ ਹੱਥ ਦੇ ਨਾਲ ਨਹੀਂ ਸੈੱਟ ਹੁੰਦਾ ਤੁਸੀਂ ਐਦਾਂ ਕਰਕੇ ਬਟਰ ਪੇਪਰ ਉੱਤੇ ਖੋਲ ਰੱਖੋ ਤੇ ਇਹਨੂੰ ਬੇਲਣੇ ਦੇ ਨਾਲ ਐਦਾਂ ਉੱਤੇ ਘੁਮਾ ਦਿਓ ਐਦਾਂ ਵੀ ਕਰ ਸਕਦੇ ਆ ਪਰ ਮੈਂ ਇਹਨੂੰ ਹੱਥ ਦੇ ਨਾਲ ਹੀ ਸਾਰਾ ਸੈੱਟ ਕਰ ਲਿਆ ਹੈ ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖਦੇ ਆ ਤੇ ਚਾਕਲੇਟ ਆਪਾਂ ਮੈਲਟ ਕਰੀਏ ਤੇ ਦੂਸਰੀ ਲੇਅਰ ਉੱਤੋਂ ਦੀ ਰੈਡੀ ਕਰੀਏ ਇਹਦੇ ਚਾਕਲੇਟ 1 ਮਿੰਟ ਤੇ ਲਾਈ ਆ ਲੁੱਕ ਚਾਕਲੇਟ ਆਪਣੀ ਐਨ ਮੈਲਟ ਹੋ ਗਈ ਆ ਇਹਦੇ ਚ ਆਪਾਂ 1/2 ਟੀस्पून ਹਨਾ ਦੇਸੀ ਘੇ ਪਾਵਾਂਗੇ ਫਿਰ ਉਹਦੇ ਨਾਲ ਗ੍ਰੀਸੀ ਬਣ ਜੂਗੀ ਸੋਣੀ ਐਨ 19 ਹੋ ਜੂਗੀ ਹੁਣ ਇਹਦੇ ਚ ਆਪਾਂ ਚਾਕਲੇਟ ਜਿਹੜਾ ਨਾਰੀਅਲ ਦਾ ਬਰਾਦਾ ਪਾਉਣਾ ਆ ਉਹਨਾਂ ਕ ਪਾਉਣਾ ਆ ਕਿ ਇਹ ਸਿਰਫ ਇਹ ਠਿੱਕ ਹੋ ਜਵੇ ਹਨਾ ਮੈਂ ਹਾਫ ਕੱਪ ਲਿਆਇਆ ਇਹਨੂੰ ਆਪਾਂ ਨਾਲ ਨਾਲ ਮੈਲਟ ਕਰ ਲੈਣਾ ਨਾਲ ਨਾਲ ਮਿਕਸ ਕਰ ਲੈਣਾ ਇਹਦੇ ਜੇ ਤੁਸੀਂ ਐਦਾਂ ਚਾਕਲੇਟ ਪਾਉਣੀ ਚਾਹੁੰਦੇ ਹੋ ਤੇ ਚਾਕਲੇਟ ਵੀ ਪਾ ਸਕਦੇ ਆ ਹਨਾ ਪਰ ਮੈਂ ਇਹ ਨਾਰੀਅਲ ਐਡ ਕਰੂੰਗੀ ਆਪਾਂ ਹਾਫ ਕੱਪ ਇਹਦੇ ਚ ਪਾਇਆ ਆ ਚੋ ਨਾਰੀਅਲ ਦਾ ਬਰਾਦਾ ਜਿਹੜਾ ਆ ਇਹਨਾਂ ਕ ਠਿੱਕ ਕਰਨਾ ਆ ਇਹ ਹਨਾ ਕਰਕੇ ਚਾਕਲੇਟ ਹੈ ਇਹ ਜਿਹੜਾ ਟਿੰਡੀ ਹੋ ਗਈ ਇਹ ਜੰਮ ਵੀ ਜਾਣੀ ਹੈ ਨਾ ਹੁਣ ਆਪਾਂ ਇਹਦੇ ਤੇ ਇਹਨੂੰ ਸੈੱਟ ਕਰਾਂਗੇ ਆਪਾਂ ਫ੍ਰਿਜ 'ਚ ਨਹੀਂ ਰੱਖਿਆ ਹਜੇ ਬਾਹਰੇ ਪਿਆ ਸੀ ਇਹ ਕਰਕੇ ਇਹ ਬਾਹਰ ਹੀ ਸੈੱਟ ਹੋ ਜਾਣਾ ਹੈ ਜਦੋਂ ਸਾਰਾ ਉੱਤੇ ਲਾ ਲਵਾਂਗੇ ਫੇਰ ਫ੍ਰਿਜ 'ਚ ਰੱਖਾਂਗੇ ਇਧਰ ਨਾਈਸ ਉੱਤੇ ਸਪਰੈਡ ਕਰ ਦੇਣਾ ਇਹਦਾ ਸਾਰਾ ਹੁਣ ਇਹਨੂੰ ਆਪਾਂ ਸਪੈਚੂਲੇ ਨਾਲ ਸਾਰੇ ਇਦਾਂ ਇੱਕੋ ਜਿਹਾ ਤੇ ਪ੍ਰੈਸ ਕਰ ਦੇਣਾ ਫੇਰ ਇਹਨੂੰ ਆਪਾਂ ਫੋਲਡ ਕਰ ਦੇਣਾ ਫੇਰ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਸੈੱਟ ਹੋਣ ਲਈ ਹੈ ਨਾ ਚਾਰਸ਼ ਫਿਰ ਇਹ ਨਾਈਸ ਕਰ ਦੇਣਾ ਹੁਣ ਇਹਨੂੰ ਆਪਾਂ ਨਾਲ-ਨਾਲ ਫੋਲਡ ਕਰਾਂਗੇ ਨਾਈਸ ਐਂ ਚੱਕੇ ਨੂੰ ਨਾਲ-ਨਾਲ ਪ੍ਰੈਸ ਕਰ ਦੇਣਾ ਇਹਦਾ ਹਨਾ ਕੇਅਰਫੁਲ ਕਰਨਾ ਹੈ ਵੀ ਆਪਣੀ ਉਧਰੋਂ ਚਾਕਲੇਟ ਵੀ ਜਿਹੜੀ ਆ ਉਹ ਨਿਕਲੇ ਨਾ ਕੇ ਨੂੰ ਹੁਣ ਨਾਲ-ਨਾਲ ਹੀ ਆਪਾਂ ਇਹਦਾ ਫੋਲਡ ਕਰ ਦੇਣਾ ਜੇ ਜਿਹੜੀ ਚਾਕਲੇਟ ਨਿਕਲੂਗੀ ਵੀ نو ਪ੍ਰੋਬਲਮ ਵਿੱਚੇ ਰਹੂਗੀ ਉਹ ਹਨ ਇਹਨੂੰ ਆਪ ਇਦਾਂ ਫੋਲਡ ਕਰ ਦੇਣਾ ਹੈ ਸਾਈਡਾਂ ਤੋਂ ਵੀ ਇਹਨੂੰ ਪੁੱਟ ਦੇਣਾ ਹੈ ਜਦੋਂ ਇਹ ਫਰਿੱਜ 'ਚ ਰੱਖਾਂਗੇ ਇਹ ਆਪਾਂ ਜਦੋਂ ਸੈੱਟ ਹੋ ਗਿਆ ਫਿਰ ਇਹਨੂੰ ਆਪਾਂ ਕੱਟ ਕੇ ਦਿਖਾਵਾਂਗੇ ਇਹਨੂੰ ਆਪਾਂ ਫੋਲਡ ਕਰ ਲਿਆ ਚੰਗੀ ਤਰ੍ਹਾਂ ਤੇ ਇਹਨੂੰ ਹੁਣ ਮੈਂ ਘੁੱਟ ਦਿੰਦਾ ਹਨਾ ਹੱਥ ਤਾਂ ਲੱਭਣੀ ਥੋੜੀ ਜਿਹੀ ਚਾਕਲੇਟ ਹੈ ਹਨਾ ਤੇ ਇਹਨੂੰ ਹੁਣ ਆਪਾਂ ਫਰਿੱਜ ਦੇ ਵਿੱਚ ਹਾਫ ਆਵਰ ਲਈ ਰੱਖ ਲੈਣਾ ਹੈ ਅੱਧੇ ਘੰਟੇ ਲਈ ਫਿਰ ਆਪਾਂ ਤੁਹਾਨੂੰ ਕੱਢ ਕੇ ਦਿਖਾਉਨੇ ਆ ਲਓ ਜੀ ਇਹਨੂੰ ਹੁਣ ਆਪਣੇ ਅੱਧਾ ਘੰਟਾ ਹੋ ਗਿਆ ਸਿਸ ਰੋਲ ਕਹਿ ਲੋ ਹਨਾ ਚਾਕਲੇਟ ਵਾਲਾ ਸਿਸ ਰੋਲ ਇਹਨੂੰ ਹੁਣ ਆਪਾਂ ਇਦਾਂ ਚੰਗੀ ਤਰ੍ਹਾਂ ਘੁਮਾ ਲੈਣਾ ਹੈ ਜਿਹੜਾ ਨਾਈਟ ਸ ਇਹ ਫ੍ਰਿਜ ਚ ਰੱਖਿਆ ਥੋੜੇ ਜਿਹਾ ਸ਼ੇਪ ਚੇਂਜ ਹੋ ਗਈ ਹੈ ਨਾ ਇਹਦੀ ਆਪਾਂ ਇਹਨੂੰ ਖੋਲਣ ਤੋਂ ਪਹਿਲਾਂ ਇਹਦੇ ਚ ਜਿਹੜਾ ਨਾਰੀਅਲ ਦਾ ਬਰਾਦਾ ਹੈ ਨਾ ਥੋੜਾ ਥੋੜਾ ਇਦਾਂ ਪਾ ਲਵਾਂਗੇ ਇਹਦੇ ਉੱਤੇ ਡੈਕੋਰੇਟ ਹੋ ਜੂਗੀ ਉਹਦੇ ਉੱਤੇ ਹੈਨਾ ਨਾਈਸ ਹੈ ਹੁਣ ਇਹਦੇ ਖੋਲ ਕੇ ਰੱਖ ਦਿਆਂ ਆਪਾਂ ਸੈੱਟ ਹੋ ਗਿਆ ਨਾ ਇਹਨੂੰ ਅੱਧੇ ਘੰਟੇ ਦੇ ਵਿੱਚ ਸੈੱਟ ਹੋ ਗਿਆ ਹੈ ਹੁਣ ਇਹਨੂੰ ਐਨ ਪਿਆਰ ਜਿਹਾ ਨਾ ਕੱਢ ਲੈਣਾ ਵਿੱਚੋਂ ਆਪਾਂ ਇਹਨੂੰ ਇੱਦਾਂ ਆਪਾਂ ਟ੍ਰੇ ਚ ਰੱਖ ਲੈਣਾ ਇਹਦਾ ਘਵਾ ਲਵਾਂਗੇ ਇਹਦੇ ਚ ਲੱਗੇ ਨੇ ਉੱਤੇ ਕੋਕਨਟ ਇਹਦੇ ਨਾਈਸ ਹੈ ਇਹ ਜਿਹੜਾ ਮੋਟਾ ਆ ਡੈਕੋਰੇਟ ਕਰਨ ਲਈ ਵਧੀਆ ਆ ਤੇ ਜੇ ਓਦਾਂ ਇਹਦਾ ਕੁਝ ਬਣਾਉਣਾ ਆ ਫਿਰ ਤੁਸੀਂ ਇਹਨੂੰ ਪੀ ਸਕਦੇ ਆ ਹਨਾ ਪੀ ਕੇ ਫੇਬ੍ਰਿਕ ਹੋ ਜਾਊਗਾ ਹੁਣ ਪਹਿਲੋਂ ਸਾਈਡਾਂ ਤੋਂ ਇਹਨੂੰ ਥੋੜਾ ਥੋੜਾ ਲਾ ਦੇਈਏ ਆਪਾਂ ਫਿਰ ਇਹਨੂੰ ਡੈਕੋਰੇਟ ਕਰਦੇ ਉੱਤੋਂ ਆਪਾਂ ਚਾਕਲੇਟ ਦੇ ਨਾਲ ਨਾਲੇ ਚੈਰੀਜ਼ ਦੇ ਨਾਲ ਥੋੜੀ ਜਿਹੀ ਚਾਕਲੇਟ ਥਰੇਚ ਮੈਲਟ ਕਰਕੇ ਪਾਈ ਆ ਕੀਪ ਦੇ ਵਿੱਚ ਇਹਨੂੰ ਆਪਾਂ ਉੱਤੋਂ ਨਾਈਸੇ ਦੀ ਡੈਕੋਰੇਟ ਕਰਾਂਗੇ ਇਹਦੇ ਨਾਲ ਬਰੀਕ ਬਰੀਕ ਜੇ ਤੁਸੀਂ ਮੋਟੀ ਕਰ ਸਕਦੇ ਹੋ ਤਾਂ ਮੋਟੀ ਕਰ ਲਓ ਹਨਾ ਮੈਂ ਬਰੀਕੇ ਕੀਤੀ ਆ ਹੁਣ ਆਪਾਂ ਇੱਥੇ ਲਾਵਾਂਗੇ ਚੈਰੀ ਇਹ ਮੈਂ ਲਈ ਆ ਜਿਹੜੀ ਗ੍ਰੀਸ ਵਾਲੀ ਮਿਲਦੀ ਆ ਉਹ ਮੈਂ ਲਈ ਆ ਹੁਣ ਆਪਾਂ ਇਹਦੇ ਕਟਾਂਗੇ ਸਲਾਈਸ ਤੁਸੀਂ ਵੀ ਦੇਖਿਓ ਵੀਡੀਓ ਬਣਾ ਕੇ ਤੇ ਫਿਰ ਮੈਨੂੰ ਦੱਸਿਓ ਤੁਹਾਡਾ ਸਵਿਸ ਰੋਲ ਚੌਕ ਨਾਰੀਅਲ ਵਾਲਾ ਕਿੱਦਾਂ ਦਾ ਬਣਿਆ ਹਨਾ ਹੁਣ ਆਪਾਂ ਕੱਟ ਕੇ ਦਿਖਾਉਣੀ ਤੁਹਾਨੂੰ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਕਰ ਸਕਦੇ ਆ ਲੁੱਕ ਵੈਰੀ ਨਾਈਸ ਕਲਰ ਹੁਣ ਆਪਾਂ ਪਲੇਟਿੰਗ ਕਰਕੇ ਦਿਖਾਉਣੀ ਤੁਹਾਨੂੰ ਲਓ ਜੀ ਆਪਣੀ ਪਲੇਟਿੰਗ ਹੋ ਗਈ ਆਪਣਾ ਨਾਰੀਅਲ ਵਾਲਾ ਸਵਿਸ ਰੋਲ ਚੌਕਲੇਟ ਚੌਕਲੇਟ विद नारियलला स्विस रोल ਆਪਣਾ ರೆಡಿ ਹੋ ਗਿਆ ਵੀਡੀਓ ਦੇਖਦੇ ਹੋ ਨੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ थैंक यू वेरी मच थैंक यू